ਕਿ ਸੁਆਹ ਹੋਣਾ ਸੀ ਨੀ ਜਾ ਕੇ ਜੈਤੋ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਸੀ ਅਸੀਂ ਆਪਾਂ ਦੋਨਾਂ ਕੀ ਸੁਆਹ ਹੋਣਾ ਸੀ ਨੀ ਜਾ ਕੇ ਜੈਤੋ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਸੀ ਮੁੰਡੇ ਆਵੇ ਪੱਕਾ ਸੀਗਾ ਤੂੰ ਵੀ ਹਿੰਡ ਦਾ ਭੋਰਾ ਵੀ ਨੀ ਖਾਂਦਾ ਸੀ ਵਸਾ ਪਿੰਡ ਦਾ ਮੁੰਡੇ ਆਵੇ ਪੱਕਾ ਸੀਗਾ ਤੂੰ ਵੀ ਹਿੰਡ ਦਾ ਭੋਰਾ ਵੀ ਨੀ ਖਾਂਦਾ ਸੀ ਵਸਾ ਪਿੰਡ ਦਾ ਹੁਣ ਕਿਹੜੀ ਗੱਲੋਂ ਮੇਰਾ ਕੱਢਦਾ ਕਸੂਰ ਹੁਣ ਕਿਹੜੀ ਗੱਲੋਂ ਮੇਰਾ ਕੱਢਦਾ ਕਸੂਰ ਵੀ ਉਦੋਂ ਸਮਝ ਆਉਂਦੀ ਰਹੀ ਤੂੰ ਵੀ ਜੰਝ ਲਾ ਤਿੰਨ ਵਾਰੀ ਰਹਿ ਗਈਆਂ ਪਲਾਸਟੂ ਜਮੈਂ ਬੇਕਾਰ ਦੇ ਨੀ ਹੁਣ ਲੈਣ ਦਿੰਦੇ ਦਾਖਲਾ ਤਿੰਨ ਵਾਰੀ ਰਹਿ ਗਈਆਂ ਪਲਾਸਟੂ ਜਮੈਂ ਬੇਕਾਰ ਦੇ ਨੀ ਹੁਣ ਲੈਣ ਦਿੰਦੇ ਦਾਖਲਾ ਉਹ ਵਿਹਲਿਆਂ ਨੇ ਕੀਤੀ ਜਿਹੜੀ ਐਸ਼ ਮਾਰ ਗਈ ਉਹ ਬਈ ਹੈਲੋ ਥੋੜਾ ਜਿਹਾ ਪਾਸੇ ਜੋ ਭਲਵਾਨ ਜੀ ਥੋੜਾ ਜਿਹਾ ਪਿਆਰ ਨਾਲ ਬਾਈ ਇਧਰਲੇ ਪਾਸੇ ਜਿੰਨਾ ਚਿਰ ਅੱਖ ਨਾਲ ਲੜੇ ਉਹਨਾਂ ਚਿਰ ਸਵਾਦ ਹੀ ਨਹੀਂ ਆਉਂਦਾ ਕਈਆਂ ਦੀ ਅੱਖ ਵੀ ਐਡੀ ਗਰਮ ਹੈ ਨਾ ਮੇਰੇ ਤਾਂ ਇਹ ਤਾਂ ਘੱਟ ਪਹੁੰਚਦੀ ਆ ਮੇਰੇ ਤੋਂ ਗਾਂਹ ਨਿਕਲ ਜਾਂਦੀ ਹੈ ਉਹ ਵਿਹਲਿਆਂ ਨੇ ਕੀਤੀ ਜਿਹੜੀ ਐਸ਼ ਮਾਰ ਗਈ ਬੇਬੇ ਸਮਝਾਉਂਦੀ ਉਹ ਵੀ ਹੰਭਾਰ ਗਈ ਵਿਹਲਿਆਂ ਨੇ ਕੀਤੀ ਜਿਹੜੀ ਐਸ਼ ਮਾਰ ਖਿੱਚ ਕੇ ਨਿਕਲ ਗਏ ਉਹ ਵਿਹਲਿਆਂ ਨੇ ਕੀਤੀ ਜਿਹੜੀ ਐਸ਼ ਮਾਰ ਗਈ ਬੇਬੇ ਸਮਝਾਉਂਦੀ ਉਹ ਵੀ ਹੰਭਾਰ ਗਈ ਆਸ਼ਕੀ ਨਿਕਾਲ ਤੇ ਉਡੀਕ ਮਾਰ ਜਾਂਦੀ ਆਸ਼ਕਾਂ ਨੂੰ ਕਾਲ ਤੇ ਉਡੀਕ ਮਾਰ ਜਾਂਦੀ ਦੋਵੇਂ ਸਿਨਵੇਂ ਵੀ ਕੋਟ ਵਾਲੇ ਬੜੇ ਰਹਿੰਦੇ ਸੀ ਉਹ ਆਸ਼ਕਾਂ ਨੂੰ ਕਾਲ ਦੀ ਅਡੀਕ ਮਾਰ ਜਾਂਦੀ ਦੋਵੇਂ ਕੋਟ ਵਾਲੇ ਸਿਨਵੇਂ ਚ ਬੜੇ ਰਹਿੰਦੇ ਸੀ ਨੀ ਪਾਸ ਆਪਾਂ ਦੋਨਾਂ ਕੀ ਸੁਆਹ ਹੋਣਾ ਸੀ ਨੀ ਜਾ ਕੇ ਜੈਤੋ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਸੀ ਪਾਸ ਆਪਾਂ ਦੋਨਾਂ ਕੀ ਸੁਆਹ ਹੋਣਾ ਸੀ ਨੀ ਜਾ ਕੇ ਜੈਤੋ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਸੀ ਕਲਾਸ ਅਸੀਂ ਅਟੈਂਡ ਕਰੀਆਂ ਵੇ ਪੀਰੀਅਡ ਨਾਲ ਆਏ ਗਈਆਂ ਫੀਸਾਂ ਭਰੀਆਂ ਕਦੇ ਨਾ ਕਲਾਸ ਅਸੀਂ ਅਟੈਂਡ ਕਰੀਆਂ ਵੇ ਪੀਰੀਅਡ ਨਾਲ ਆਏ ਗਈਆਂ ਫੀਸਾਂ ਭਰੀਆਂ ਸੋਹਣਿਆ ਮੈਂ ਤੈਨੂੰ ਸਮਝਾਉਂਦੀ ਥੱਕ ਗਈ ਵੇ ਸੋਹਣਿਆ ਮੈਂ ਤੈਨੂੰ ਸਮਝਾਉਂਦੀ ਥੱਕ ਗਈ ਵੇ ਕਾਪੀਆਂ ਕਿਤਾਬਾਂ ਵੱਲ ਤੂੰ ਵੀ ਜਾਗ ਲਾ ਓ ਤਿੰਨ ਵਾਰੀ ਰਹਿ ਗਈਆਂ ਪਲੱਸ ਟੂ ਚ ਮੈਂ ਬੇਕਾਰ ਦੇ ਨੀ ਹੁਣ ਲੈਣ ਦਿੰਦੇ ਦਾਖਲਾ ਤਿੰਨ ਵਾਰੀ ਰਹਿ ਗਈਆਂ ਪਲੱਸ ਟੂ ਚ ਮੈਂ ਬੇਕਾਰ ਦੇ ਨੀ ਹੁਣ ਲੈਣ ਦਿੰਦੇ ਦਾਖਲਾ ਨੀ ਪਾਰਕਾਂ ਗਰਾਉਂਡਾਂ ਵਿੱਚ ਬਹਿ ਕੇ ਸਾਰਿਆ ਨੀ ਪਾਰਕਾਂ ਗਰਾਉਂਡਾਂ ਵਿੱਚ ਬਹਿ ਕੇ ਸਾਰਿਆ ਆਸ਼ਕੀ ਚੋਂ ਖੱਟਿਆ ਕਿ ਸਾਲ ਮਾਰਿਆ ਪਾਰਕਾਂ ਗਰਾਉਂਡਾਂ ਵਿੱਚ ਬਹਿ ਕੇ ਸਾਰਿਆ ਆਸ਼ਕੀ ਚੋਂ ਕੱਟਿਆ ਕਿ ਸਾਲ ਮਾਰਿਆ ਡੇਲਿਆਂ ਵਾਲੀ ਦਾ ਕੰਦੀ ਬਣਦਾ ਸੀ ਰਾਂਝਾ ਡੇਲਿਆਂ ਵਾਲੀ ਦਾ ਕੰਦੀ ਬਣਦਾ ਸੀ ਰਾਂਝਾ ਐਵੇਂ ਮਿਲਣ ਮਿਲਾਉਣ ਪਿੱਛੇ ਲੜੇ ਰਹਿੰਦੇ ਸੀ ਪਾਸ ਆਪਾਂ ਦੋਨਾਂ ਕੀ ਸੁਆਹ ਹੋਣਾ ਸੀ ਨੀ ਜੱਗ ਜੈਤੋ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਸੀ ਪਾਸ ਆਪਾਂ ਦੋਨਾਂ ਕੀ ਸੁਆਹ ਹੋਣਾ ਸੀ ਨੀ ਜੱਗ ਜੈਤੋ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਸੀ ਜੈਤੋ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਸੀ ਜੈਤੋ ਵਾਲੇ ਫਾਟਕਾਂ ਦੇ ਖੜੇ ਰਹਿੰਦੇ ਸੀ ਲਓ ਜੀ ਅਸੀਂ ਫਰਮਾਇਸ਼ਾਂ ਮੇਰੇ ਕੋਲ ਕਾਫੀ ਆ ਚੁੱਕੀਆਂ ਨੇ ਹਾਂਜੀ ਪਲੀਜ਼ ਬੇਨਤੀ ਆ ਪਹਿਲੇ ਮੈਚ ਦੀਆਂ ਟੀਮਾਂ 10 ਮਿੰਟ 'ਚ ਆ ਜਾਣਾ ਮਾਲਵਾ ਤੇ ਹਰਿਆਣੇ ਦਾ ਪਹਿਲਾ ਮੈਚ ਆ ਹਨੂੰਮਾਨ ਤੇ ਮਾਝੇ ਦਾ ਦੂਜਾ ਮੈਚ ਆ ਚਾਰੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬੇਨਤੀ ਆ ਸਾਰੇ ਵੀਰਾਂ ਨੂੰ ਗਰਾਊਂਡ ਖਾਲੀ ਕਰ ਦੇਣ ਸਾਡਾ ਵੀ ਧਰਮਬਾਜਾ ਪੰਜਾਬੀ ਗਾਇਕ ਵਿੱਕੀ ਧਾਲੀਵਾਲ ਤੇ ਪ੍ਰੀਤ ਖੇਤਲਾ ਗੀਤਕਾਰ ਪੁੱਜੇ ਨੇ ਉਹਨਾਂ ਨੂੰ ਵਿਜੇ ਨੂੰ ਆਖਦੇ ਤੁਸੀਂ ਟੀਮਾਂ ਦੀ ਗੱਲ ਕਰ ਰਹੇ ਹੋ ਤੇ ਮੇਰੇ ਕੋਲ ਫਰਮਾਇਸ਼ਾਂ ਦੀ ਇੱਕ ਬਹੁਤ ਵੱਡੀ ਲਿਸਟ ਆ ਚੁੱਕੀ ਹੈ ਇਧਰੋਂ ਨਿਰਮਲ ਭਾਜੀ ਕਹਿ ਰਹੇ ਹੈ ਕਿ ਸਭ ਤੋਂ ਪਹਿਲਾਂ ਪਾਲੀ ਸੁਪਨਾ ਹੋ ਗਈ ਪਾਲੀ ਸਭ ਤੋਂ ਪਹਿਲਾਂ ਉਹ ਲਵਾਓ ਉਧਰੋਂ ਬਾਈ ਜੀ ਕਹਿੰਦੇ ਹੈ ਕਿ ਕੱਢ ਤੂੰ ਤੇੜੀਆਂ ਰੜਕਾਂ ਬਾਪੂ ਦਾ ਖੂੰਡਾ ਕਹਿੰਦੀ ਮੇਰਾ ਸਿਰ ਦੁਖਦਾ
ਅੱਜ ਸੁੱਖ ਨਹੀਂ ਜਾਪਦੀ ਡਰਾਈਵਰਾਂ ਦਾ ਗੀਤ ਢਾਈ ਮਿੰਟ ਦਾ ਕੰਮ ਸੁਪਨਾ ਹੋ ਗਈ ਪਾਲੀਏ ਨਾਰਕ ਦੇ ਲੇ ਵਰਗੀ ਮੇਰੇ ਦਿਲ ਵਿੱਚ ਤੂੰ ਭੱਠੀ ਲਾ ਕੇ ਕਰੇ ਇੱਕ ਦੋ ਤਾਂ ਹੋ ਚੁੱਕੀਆਂ ਨੇ ਲੇਕਿਨ ਬਾਕੀ ਦੇ ਫਰਮਾਇਸ਼ਾਂ ਨੇ ਦੋਸਤੋ ਮੈਂ ਬੇਨਤੀ ਕਰਦਾ ਵੇ ਵਾਰੀ ਵਾਰੀ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਸੋ ਆਓ ਅਗਲੇ ਲਾਈਨਾਂ ਲੈ ਕੇ ਇੱਕ ਵਾਰ ਫਿਰ ਤੁਹਾਡੇ ਰੂਬਰੂ ਕਰਤਾਰ ਰਮਲਾ ਜੀ ਦੇ ਬੀਬਾ ਨਵਜੋਤ ਰਾਣੀ ਜੀ ਸਾਡੇ ਮਿਹਰਬਾਨਾਂ ਚੋਂ ਇੱਕ ਬਹੁਤ ਪਿਆਰਾ ਸ਼ਹਿਰ ਪੰਗੂ ਫਲੇੜੇ ਵਾਲੇ ਵੀ ਇੱਥੇ ਆਏ ਹੋਏ ਨੇ ਸਾਡੇ ਮਿੱਤਰ ਨੇ ਸਾਡਾ ਇੱਕ ਹਰਮਨ ਪਿਆਰਾ ਬਹੁਤ ਇੱਥੇ ਨੇੜੇ ਦੇ ਪਿੰਡ ਦਾ ਬਾਈਪਾਲ ਵੀ ਆਇਆ ਹੋਇਆ ਉਹ ਵੀ ਕਲੱਬ ਬਹੁਤ ਵਧੀਆ ਚਲਾਉਂਦਾ ਲੋ ਅੱਛਾ ਅੱਛਾ ਬਈ ਕਬੱਡੀ ਵਾਲੇ ਪਲੇਅਰ ਦਾ ਤੇ ਸਾਡੇ ਪੁਲਿਸ ਮੁਲਾਜ਼ਮ ਵੀ ਨੇ ਉਹਦੀ ਫਰਮਾਇਸ਼ ਹੈ ਇੱਕ ਦੋ ਲਾਈਨਾਂ ਅੱਛਾ 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 ਕਾਲਾ ਭਾਜੀ ਆ ਗਈ ਪਹਿਲਾਂ ਤੁਹਾਡੀ ਫਰਮਾਇਸ਼ ਹੈ ਤੇ ਫਿਰ ਨਿਰਮਲ ਦੀ ਠੀਕ ਹੈ ਜੀ ਵਾਰੀ ਵਾਰੀ ਸਾਰੀਆਂ ਆਉਣੀਆਂ ਤਸੱਲੀ ਰੱਖੋ ਹਾਂਜੀ ਇੱਕ ਮਿੰਟ ਆਪਾਂ ਐਂ ਕਰੀਏ ਥੋੜਾ ਜਿਹਾ ਪਿਆਰ ਕਰੋ ਵੀ ਆਪਾਂ ਇੱਧਰ ਵਿੱਚ ਦੀ ਇੱਧਰ ਨਾਗਾ ਟਾਪਾ ਥੋੜਾ ਜਿਹਾ ਡਿਸਟਰਬ ਹੋ ਰਹੇ ਆ ਆਪਾਂ ਬੰਦ ਕਰੀਏ ਠੀਕ ਹੈ ਮੀਂਹ ਨੇ ਸਭ ਡਿਸਟਰਬ ਕਰਤਾ ਜੀ ਨਹੀਂ ਉਹ ਤਾਂ ਠੀਕ ਆ ਹੁਣ ਤਾਂ ਮੀਂਹ ਨਹੀਂ ਪੈਂਦਾ ਹੁਣ ਤਾਂ ਧੁੱਪ ਚੜੀ ਪਈ ਹੈ ਹੁਣ ਸਾਡੇ ਅੰਦਰ ਪੈ ਰਿਹਾ ਨਹੀਂ ਅੰਦਰ ਪੈ ਰਿਹਾ ਨੂੰ ਬੰਦ ਕਰੋ ਨਾ ਫਿਰ ਚੰਗਾ ਨਹੀਂ ਹੁੰਦਾ ਅੰਦਰਲਾ ਮੀਂਹ ਨਹੀਂ ਚੰਗਾ ਹੁੰਦਾ ਹੁੰਦਾ ਨਹੀਂ ਅੰਦਰਲੇ ਮੀਂਹ ਦਾ ਤਾਂ ਇਲਾਜ ਫਿਰ ਇੱਕ ਹੀ ਹੁੰਦਾ ਹਾਂਜੀ ਹਾਂਜੀ ਕਰ ਨਹੀਂ ਸਕਦਾ ਗੱਲ ਇਹ ਹੈ ਹੁਣ ਚਾਹੇ ਕੋਈ ਪ੍ਰਬੰਧਕ ਹੈ ਚਾਹੇ ਕੋਈ ਕੁਛ ਹੈ ਰਿਕੁਐਸਟ ਹੈ ਮੇਰੀ ਹੱਥ ਜੋੜ ਕੇ ਵੀ ਆਇਆ ਦੇ ਵਿਚਾਲੇ ਆਹ ਟ੍ਰੈਫਿਕ ਬੰਦ ਕਰ ਦਿਓ ਇੱਥੇ ਨਹੀਂ ਕੋਈ ਹੋਣਾ ਚਾਹੀਦਾ ਕਿਉਂਕਿ ਮੈਂ ਵੀ ਜਾਣਦਾ ਚਲੋ ਇਹ ਸਰਦਾਰ ਜੀ ਦਾ ਗੱਲ ਛੱਡੋ ਨਹੀਂ ਗੱਲ ਹੈ ਪਰ ਕਈ ਊਂ ਐਵੇਂ ਦਸ ਕੁ ਰੁਪਈਏ ਦੇਣ ਦੇ ਮਾਰੇ ਇੱਧਰ ਦੀ ਲੰਘ ਕੇ ਵੀ ਚੱਲ ਬੀਬੀ ਨਾ ਜੇ ਲੱਤ ਦੇ ਨਾਲ ਲੱਤ ਕੱਸ ਗਈ ਤਾਂ ਵੀ 10 ਦਿਨ ਲੰਘ ਜਾਣਗੇ ਇਸ ਕਰਕੇ ਪਿਆਰ ਕਰੋ ਇੱਧਰ ਦੀ ਲੰਘਾ ਬੰਦ ਕਰ ਦਿਓ ਲਓ ਬਾਈਆਂ ਨੇ ਇੱਕ ਹੁਕਮ ਕੀਤਾ ਹੈ ਸਾਡੇ ਪੁਲਿਸ ਅਫਸਰ ਨੇ ਪਿਆਰ ਦੀ ਹੱਦ ਬੜੀ ਨਾਪੀ ਨਹੀਂ ਜਾਂਦੀ ਨੀ ਅੱਕ ਮਿਲੇ ਤਾਂ ਨੀਵੀ ਪਾਵੇਂ ਉਹ ਤੀਰੇ ਮੱਥੇ ਵੱਟ ਚੜਾਵੇਂ ਨੀ ਚੁੰਨੀ ਸਾਂਭੇ ਪਾਸਾ ਵੱਟਦੀ ਉੜਾ ਜਾਂਦੀ ਰਾਹ ਉਲਟਾ ਜਾਵੇਂ ਮਾਰ ਮਰੋੜਾ ਕੋਟ ਦੀ ਲੰਘਦੀ ਧਰਤੀ ਉੱਤੇ ਪਾਰ ਨਹੀਂ ਆਉਂਦਾ ਨੀ ਇੱਕ ਵਾਰੀ ਤਾਂ ਖੜਕੇ ਦੱਸ ਜਾ ਕਿਉਂ ਮੱਖਣੇ ਤੈਨੂੰ ਪਿਆਰ ਨਹੀਂ ਆਉਂਦਾ ਕਿਉਂ ਮੱਖਣੇ ਤੈਨੂੰ ਪਿਆਰ ਨਹੀਂ ਆਉਂਦਾ ਮਰ ਜਾਣੀਏ ਤੈਨੂੰ ਪਿਆਰ ਨਹੀਂ ਨਿੱਥੂ ਕਰਕੇ ਜਦ ਕੋਲ ਦੀ ਲੰਘਦੀ ਤੂੰ ਕੱਲੇ ਜੇ ਪੈ ਜਾਂਦੀ ਉਹ ਪਿਆਰ ਵੀ ਆਉਂਦਾ ਹਰਕ ਵੀ ਚੜਦਾ ਮੇਰੀ ਜੀਭ ਹਿੱਲਣੋਂ ਰਹਿ ਜਾਂਦੀ ਏ ਨੀ ਖੜਾ ਰਹਿ ਜਾਂਦਾ ਬਿਟ ਬਿਟ ਤੱਕਦਾ ਦਿਲ ਨੂੰ ਚੈਨ ਕਰਾਰ ਨਹੀਂ ਆਉਂਦਾ ਨੀ ਭਾਵੇਂ ਗੁੱਸੇ ਨਾਲ ਹੀ ਕਹਿ ਜਾ ਕਿਉਂ ਮੱਕਣੀ ਤੈਨੂੰ ਪਿਆਰ ਨਹੀਂ ਮਰ ਜਾਣੀਏ ਤੈਨੂੰ ਪਿਆਰ ਨਹੀਂ ਆਉਂਦਾ ਸੱਚ ਦੱਸ ਦੇ ਤੈਨੂੰ ਪਿਆਰ ਨਹੀਂ
ਨੀ ਆਕੜ ਨਫ਼ਰਤ ਬੇਰੁਖੀਆਂ ਨੇ ਉਹ ਤੇਰੇ ਅੰਦਰ ਮਿਉਂ ਨਹੀਂ ਸਕਣਾ ਸ਼ਰਮ ਕਹਿਣਾ ਇਸਤਰੀਆਂ ਦਾ ਉਹ ਪਿਆਰ ਬਿਨਾਂ ਪਰਜਿਉਂ ਨਹੀਂ ਸਕਣਾ ਉਹ ਹਾਰੇ ਹਾਰੇ ਛੱਡ ਦੇ ਅੜੀਆਂ ਤੇਰਾ ਦਿਲ ਪੁਕਾਰ ਨਹੀਂ ਆਉਂਦਾ ਉਹ ਸੌਂਕਾ ਮੇਰੀ ਝੂਠ ਨਾ ਬੋਲੀ ਚੁਮਕਣੇ ਤੈਨੂੰ ਪਿਆਰ ਉਹ ਮਰ ਜਾਣੀਏ ਤੈਨੂੰ ਪਿਆਰ ਸੱਚ ਦੱਸ ਦੇ ਤੈਨੂੰ ਕਿਹੜੀ ਗੱਲੋਂ ਤੈਨੂੰ ਪਿਆਰ ਕਿਹੜੀ ਗੱਲੋਂ ਤੈਨੂੰ ਪਿਆਰ ਨਹੀਂ ਲਓ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦਰਮਿਆਨ ਇੱਕ ਸਿਆਸਤ ਦੀ ਉਹ ਮਹਾਨ ਹਸਤੀ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਸੁਖਪਾਲ ਖਹਿਰਾ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਨਿੱਕੀ ਜੀਆਂ ਕਹਾਂਗੇ ਕਰਤਾਰ ਅਮਲਾ ਜੀ ਵੱਲੋਂ ਉਹਨਾਂ ਦੀ ਸਾਰੀ ਸੰਗੀਤਕ ਪਾਰਟੀ ਵੱਲੋਂ ਤੋਂ ਮਾਈਕ ਦੇ ਰਿਹਾ 2 ਮਿੰਟ ਵਾਸਤੇ ਮੈਂ ਭਾਜੀ ਨੂੰ ਬਹੁਤ ਬਹੁਤ ਧੰਨਵਾਦ ਹੈ ਰਮਲਾ ਜੀ ਦਾ ਜਿਨ੍ਹਾਂ ਨੇ ਸਾਰੇ ਹੀ ਵੀਰਾਂ ਦਾ ਮਨੋਰੰਜਨ ਕੀਤਾ ਤੋਂ ਸਾਡੇ ਪੰਜਾਬ ਦੀ ਆਨ ਤੇ ਸ਼ਾਨ ਖਹਿਰਾ ਸਾਹਿਬ ਇੱਥੇ ਪਹੁੰਚ ਚੁੱਕੇ ਹੈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਜੀ ਇਮਾਨਦਾਰ ਨੇਤਾ ਆਮ ਆਦਮੀ ਪਾਰਟੀ ਦੇ ਇੱਥੇ ਪਹੁੰਚੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਇਸ ਖੇਡ ਮੇਲੇ ਦਾ ਮਾਣ ਵਧਾਇਆ ਤੇ ਕਕਰਾਲੇ ਦੀ ਜਿਹੜੀ ਟੀਮ ਹੈ ਜਿਨ੍ਹਾਂ ਨੇ ਇਹ ਖੇਡ ਮੇਲੇ ਦਾ ਆਯੋਜਨ ਕੀਤਾ ਤੇ ਗੁੱਗਾ ਮਾੜੀ ਵਾਲੇ ਵੀਰ ਜਿਨ੍ਹਾਂ ਦਾ ਹੁਣ ਕਿਉਂਕਿ ਖਹਿਰਾ ਸਾਹਿਬ ਕੋਲ ਬਹੁਤ ਸਮਾਂ ਘੱਟ ਹੈ ਉਹ ਸਮਾਂ ਕੱਢ ਕੇ ਇੱਥੇ ਪਹੁੰਚੇ ਹੈ ਤੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪੂਰੇ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਨੇ ਖਹਿਰਾ ਸਾਹਿਬ ਨੂੰ ਸੁਣਨਾ ਹੈ ਖਹਿਰਾ ਸਾਹਿਬ ਜੀ ਕਕਰਾਲਾ ਭਾਈਕੇ ਦੇ ਇਸ ਬਹੁਤ ਅੱਛੇ ਸਤਿਕਾਰਯੋਗ ਨਗਰ ਦੇ ਸਾਲਾਨਾ ਮੇਲੇ ਦੇ ਉੱਪਰ 71 ਸਾਰੀ ਹੀ ਸਤਿਕਾਰਯੋਗ ਵੱਖ ਵੱਖ ਪਿੰਡਾਂ ਤੋਂ ਇਸ ਇਲਾਕੇ ਤੋਂ ਆਈ ਹੋਈ ਸਾਰੀ ਸਾਧ ਸੰਗਤ ਜੀ ਸਾਡੇ ਸਤਿਕਾਰਯੋਗ ਖਿਡਾਰੀ ਵੀਰ ਜਿਨ੍ਹਾਂ ਨੇ ਤੁਹਾਡਾ ਆਪਣਾ ਜੌਹਰ ਵੀ ਦਿਖਾਉਣਾ ਵਾ ਤੇ ਖੇਡਾਂ ਨੂੰ ਪੰਜਾਬ ਦੇ ਵਿੱਚ ਅੱਗੇ ਵੀ ਲੈ ਕੇ ਜਾਣਾ ਤੇ ਨਾਲ ਤੁਹਾਡਾ ਮਨ ਵੀ ਪਰਚਾਉਣਾ ਤੇ ਨੌਜਵਾਨਾਂ ਨੂੰ ਦੇਖਣ ਤੋਂ ਬਾਅਦ ਛੋਟੇ ਬੱਚਿਆਂ ਨੂੰ ਪ੍ਰੇਰਨਾ ਵੀ ਮਿਲਣੀ ਆ ਉਹਨਾਂ ਦਾ ਵੀ ਮੈਂ ਬਹੁਤ ਰਿਣੀ ਆ ਮੇਰੇ ਪਿਛਲੇ ਪਾਸੇ ਵੀ ਆਪਣੇ ਇਲਾਕੇ ਦੇ ਬਹੁਤ ਸਾਰੇ ਸਤਿਕਾਰਯੋਗ ਸੱਜਣ ਬੈਠੇ ਨੇ ਤੁਹਾਡੇ ਇਸ ਇਲਾਕੇ ਤੋਂ ਇਲੈਕਸ਼ਨ ਲੜੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੇਰੀ ਛੋਟੀ ਭੈਣ ਪਲਵਿੰਦਰ ਕੌਰ ਜੀ ਸਤਰਾਣਾ ਔਰ ਇੱਥੇ ਇਸ ਨਗਰ ਤੋਂ ਸਰਦਾਰ ਜਗਦੇਵ ਸਿੰਘ ਜੀ ਬੱਗਾ ਜਿਨ੍ਹਾਂ ਨੇ ਇਸ ਮੇਲੇ ਵਾਸਤੇ ਮੈਨੂੰ ਵੀ ਪ੍ਰੇਰਿਆ ਪਲਵਿੰਦਰ ਹੁਣਾਂ ਨੇ ਵੀ ਮੇਰੇ ਅਜ਼ੀਜ਼ ਵੀਰ ਟਿਵਾਣਾ ਜੀ ਜਿਹੜੇ ਸਾਡੇ ਪਟਿਆਲਾ ਦਿਹਾਤੀ ਦੇ ਉਮੀਦਵਾਰ ਸੀ ਸਾਡੇ ਮੀਤ ਪ੍ਰਧਾਨ ਨੇ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਸਾਡੀ ਪਾਰਟੀ ਦੇ ਮੀਤ ਪ੍ਰਧਾਨ ਨੇ ਤੇ ਪਟਿਆਲਾ ਸ਼ਹਿਰ ਚੋਂ ਇਲੈਕਸ਼ਨ ਲੜੀ ਸੀ ਆਮ ਆਦਮੀ ਪਾਰਟੀ ਦੀ ਦਰਜਾ ਬਦਰਜਾ ਹੋਰ ਸਾਡੀ ਪਾਰਟੀ ਦੇ ਬਹੁਤ ਸਤਿਕਾਰਯੋਗ ਸਾਰੇ ਸੱਜਣ ਜਗਤਾਰ ਸਿੰਘ ਰਾਜਲਾ 2 ਦਿਨ ਪਹਿਲਾਂ ਮੈਂ ਵੀ ਇੱਕ ਆਪਣੀ ਜੋ ਸਾਡੀ ਵਿਰੋਧੀ ਧਿਰ ਆ ਉਹਦੇ ਅਸੀਂ ਸਿਆਸੀ ਸਕੱਤਰ ਨਿਯੁਕਤ ਕੀਤੇ ਨੇ ਦਲਵਿੰਦਰ ਸਿੰਘ ਸਨੌਰ ਤੋਂ ਉਹ 5 ਸਕੱਤਰਾਂ ਚੋਂ ਮੇਰੇ ਸਕੱਤਰ ਨੇ ਉਹ ਵੀ ਅੱਜ ਇਸ ਤੁਹਾਡੇ ਜ਼ਿਲ੍ਹੇ 'ਚ ਵਿਰਾਜਮਾਨ ਨੇ ਨਾਲ ਆਏ ਨੇ ਇੱਕ ਵਾਰ ਔਰ ਇਸ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਗਿਆਨ ਸਿੰਘ ਜੀ ਮੰਗੂ ਐਡਵੋਕੇਟ ਜਰਨੈਲ ਸਿੰਘ ਜੀ ਮਨੂ ਜੋ ਸਾਡੀ ਪਾਰਟੀ ਦੇ ਜਨਰਲ ਸੈਕਟਰੀ ਨੇ ਇੱਕ ਵਾਰ ਸਾਰੇ ਫਤਿਹ ਪ੍ਰਵਾਨ ਕਰ ਦਿਓ ਫਤਿਹ ਬੁਲਾਇਓ ਜ਼ਰੂਰ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਅੱਜ ਪੰਜਾਬ ਨੂੰ ਬਹੁਤ ਲੋੜ ਆ ਕਿ ਸਾਡੇ ਪੰਜਾਬ ਦਾ ਨੌਜਵਾਨ ਤਬਕਾ ਖੇਡਾਂ ਵੱਲ ਧਿਆਨ ਕਰੇ ਕਿਉਂਕਿ ਪੰਜਾਬ ਇਸ ਦੇਸ਼ ਦੀ ਮੋਢੀ ਸਟੇਟ ਸੀ ਲਗਭਗ ਪਾਸੇ ਮੋਢੀ ਸਟੇਟ ਸੀ ਲੇਕਿਨ ਖੇਡਾਂ ਵਿੱਚ ਤਾਂ ਸਾਰੇ ਦੇਸ਼ ਨਾਲੋਂ ਕਈ ਫਰਲਾਂਗਾਂ ਅੱਗੇ ਸੀ ਮਿਲਖਾ ਸਿੰਘ ਤੋਂ ਲੈ ਕੇ ਜਰਨੈਲ ਸਿੰਘ ਓਲੰਪੀਅਨ ਫੁੱਟਬਾਲ ਦੇ ਜਿਨ੍ਹਾਂ ਨੇ ਓਲੰਪਿਕਸ ਖੇਡੀਆਂ ਸੁਰਜੀਤ ਸਿੰਘ ਹਾਕੀ ਵਾਲੇ ਪਲੇਅਰ ਤੇ ਬਾਅਦ 'ਚ ਬਹੁਤ ਸਾਰੇ ਹੋਰ ਏਦਾਂ ਦੇ ਖਿਡਾਰੀ ਪੈਦਾ ਕੀਤੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਸਾਰੇ ਵਿਸ਼ਵ ਦੇ ਵਿੱਚ ਉੱਚਾ ਕੀਤਾ
ਪਰ ਕੁਛ ਸਮੇਂ ਤੋਂ ਮੈਂ ਦੇਖ ਲਿਆ ਕਿ ਪੰਜਾਬ ਹਰ ਪਾਸਿਓਂ ਨਿਕਾਰ ਆ ਰਿਹਾ ਵਾ, ਉਦਾਸੀ ਆ ਰਹੀ ਹੈ, ਮਾਯੂਸੀ ਆ ਰਹੀ ਆ। ਕਿਸਾਨ ਜਿਹੜੇ ਕਿ 70% ਇਸ ਪੰਜਾਬ ਦੇ ਪਿੰਡਾਂ 'ਚ ਵੱਸਦੇ ਨੇ, ਕਿਸਾਨ ਤੇ ਖੇਤ ਮਜ਼ਦੂਰ, ਅੱਜ ਕੋਈ ਦਿਨ ਸੁੱਕਾ ਨਹੀਂ ਜਾਂਦਾ, ਦੁੱਖ ਨਾਲ ਕਹਿਣਾ ਪੈਂਦਾ ਮੈਨੂੰ, ਕੋਈ ਦਿਨ ਸੁੱਕਾ ਨਹੀਂ ਜਾਂਦਾ। ਜਿੱਦਣ 3, 4, 2, 1 ਗਰੀਬ ਆਦਮੀਆਂ ਦੀ ਆਤਮਹੱਤਿਆ ਹੋ ਰਹੀਆਂ ਵਾ, ਬਹੁਤ ਦੁਖਦਾਈ ਗੱਲ, ਬੜੀ ਸ਼ਰਮ ਦੀ ਗੱਲ ਹੈ ਇਸ ਦੇਸ਼ ਵਾਸਤੇ, ਇਸ ਪੰਜਾਬ ਦੇ ਰਵਾਇਤੀ ਲੀਡਰਾਂ ਵਾਸਤੇ, ਰਵਾਇਤੀ ਪਾਰਟੀਆਂ ਵਾਸਤੇ। 70 ਸਾਲਾਂ 'ਚ ਜਿਹਨਾਂ ਜੱਟਾਂ ਨੇ, ਜਿਹਨਾਂ ਸਾਡੇ ਦਲਿਤ ਭਾਈਚਾਰੇ ਦੇ ਖੇਤ ਮਜ਼ਦੂਰਾਂ ਨੇ ਇਸ ਦੇਸ਼ ਨੂੰ ਅਨਾਜ ਦੇ ਵਿੱਚ ਭੰਡਾਰ ਭਰੇ ਔਰ ਇਸ ਦੇਸ਼ ਦਾ ਨਾਮ ਉੱਤੇ ਲੈ ਕੇ ਗਏ, ਅੱਜ ਉਹ ਲੋਕ ਖੁਦਕੁਸ਼ੀਆਂ ਕਰ ਰਹੇ ਨੇ। ਔਰ ਇਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਇਸ ਦੇਸ਼ ਦੀ ਪ੍ਰਣਾਲੀ, ਜਿਹੜੀਆਂ ਸਰਕਾਰਾਂ ਨੇ ਸਾਡੇ ਕਿਸਾਨਾਂ ਦੇ ਫਸਲਾਂ ਦੇ ਭਾਅ ਵਾਜਬ ਨਹੀਂ ਹੋਣ ਦਿੱਤੇ, ਮਿੱਥ ਕੇ ਨਹੀਂ ਹੋਣ ਦਿੱਤੇ ਭਰਾਓ। ਅੱਜ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ ਤੁਹਾਨੂੰ। ਥੋੜੇ ਦਿਨ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆ, ਜਿਹੜਾ ਇਸ ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੈ, ਉਸ ਨੇ ਇੱਕ ਸੂਚੀ ਜਾਰੀ ਕੀਤੀ ਆ। ਉਸ ਸੂਚੀ ਦੇ ਮੁਤਾਬਕ ਇਸ ਦੇਸ਼ ਦੇ ਤਾਕਤਵਰ ਉਦਯੋਗਪਤੀਆਂ ਨੇ ਇਸ ਦੇਸ਼ ਦੇ ਸਰਕਾਰੀ ਬੈਂਕਾਂ ਦਾ 8 ਲੱਖ ਕਰੋੜ ਰੁਪਈਆ ਮਾਰਿਆ ਹੋਇਆ ਵਾ, 8 ਲੱਖ ਕਰੋੜ ਰੁਪਈਆ। ਔਰ ਅੱਗੇ ਹੈਰਾਨਜਨਕ ਹੋਰ ਇੱਕ ਖੁਲਾਸਾ ਰਿਜ਼ਰਵ ਬੈਂਕ ਆਫ ਇੰਡੀਆ ਨੇ ਕੀਤਾ ਕਿ ਇਸ 8 ਲੱਖ ਕਰੋੜ ਵਿੱਚੋਂ ਕੇਵਲ 12 ਘਰਾਣਿਆਂ ਨੇ, ਜਿਹਦੇ ਵਿੱਚ ਅਡਾਨੀ, ਅੰਬਾਨੀ, ਰਿਲਾਇੰਸ, ਟਾਟੇ, ਬਿਰਲੇ, ਮਹਿੰਦਰੇ, ਓਸਵਾਲ, ਵੱਡੇ ਆਦਮੀ, ਕੇਵਲ 12 ਬੰਦਿਆਂ ਨੇ 2 ਲੱਖ ਕਰੋੜ ਰੁਪਈਆ ਬੈਂਕਾਂ ਦਾ ਦੇਣਾ ਵਾ, ਉਹਨਾਂ ਨੇ ਦੇਣਾ ਨਹੀਂ ਗਾ। ਤੇ ਅਖੀਰ ਸਰਕਾਰ ਨੇ ਫੈਸਲਾ ਲੈਣ ਜਾ ਰਹੀ ਆ ਮੋਦੀ ਸਾਹਿਬ ਦੀ ਸਰਕਾਰ ਕਿ ਇਹ 12 ਆਦਮੀਆਂ ਦਾ ਅਤੇ ਹੋਰਨਾਂ ਉਦਯੋਗਪਤੀਆਂ ਦਾ 8 ਲੱਖ ਕਰੋੜ ਰੁਪਈਆ ਇਸ ਨੂੰ ਮਾਫ ਕਰ ਦਿਓ, ਇਹਨੂੰ ਰਾਈਟ ਆਫ ਕਰ ਦਿਓ, ਕਿਉਂਕਿ ਅਸੀਂ ਆਪਣੇ ਦੇਸ਼ ਦੇ ਬੈਂਕ ਬਚਾਉਣੇ। ਬੈਂਕਾਂ ਨੂੰ ਪੈਸਾ ਕੇਂਦਰ ਦੀ ਸਰਕਾਰ ਉਹਨਾਂ ਘਰਾਣਿਆਂ ਦੀ ਥਾਂ ਤੇ ਦੇਣ ਜਾ ਰਹੀ ਆ, ਲੇਕਿਨ ਕਦੀ ਕਿਸਾਨਾਂ ਦਾ, ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਨਹੀਂ ਕਰਨਗੇ ਕਦੀ ਵੀ। ਪੰਜਾਬ ਦੇ ਖੇਤ ਮਜ਼ਦੂਰ ਤੇ ਕਿਸਾਨ ਦਾ ਕਰਜ਼ਾ ਕਿੰਨਾ ਵਾ, ਹਜ਼ਾਰਾਂ ਲੱਖਾਂ ਪਰਿਵਾਰਾਂ ਦਾ ਕਰਜ਼ਾ ਕਿੰਨਾ ਵਾ, 1 ਲੱਖ ਕਰੋੜ ਰੁਪਈਆ ਹੈ, ਬਹੁਤ ਵੱਡੀ ਰਕਮ, ਲੇਕਿਨ ਉਹ 12 ਆਦਮੀਆਂ ਨਾਲੋਂ ਅੱਧੀ ਰਕਮ ਆ। 1 ਲੱਖ ਕਰੋੜ ਰੁਪਈਆ ਭਰਾਓ, ਜੇ ਮੋਦੀ ਚਾਹੇ ਅਤੇ ਅਮਰਿੰਦਰ ਸਿੰਘ ਚਾਹੇ ਤੇ ਇਸ ਬਾਦਲ ਦੇ ਟੱਬਰ ਨੇ ਜਿਹਦੀ ਨੂੰ ਬੈਠੀ ਆ ਮੋਦੀ ਦੀ ਸਰਕਾਰ ਵਿੱਚ, ਇਹ ਤੁਹਾਡਾ 1 ਲੱਖ ਕਰੋੜ ਰੁਪਈਆ ਯੱਕ ਮੁਸ਼ਤ ਮਾਫ ਕਰ ਸਕਦੇ ਨੇ, ਲੇਕਿਨ ਕਰਨਗੇ ਨਹੀਂ, ਕਿਉਂਕਿ ਤੁਹਾਨੂੰ ਦੇਖਣਾ ਚਾਹੁੰਦੇ ਨੇ ਗੁਲਾਮ, ਤੁਹਾਨੂੰ ਦੇਖਣਾ ਚਾਹੁੰਦੇ ਨੇ ਮੰਗਤੇ ਕਿ ਅਸੀਂ ਇਹਨਾਂ ਦਾ ਹੱਥ ਏਦਾਂ ਰਵੇ। ਇਕੱਲੇ ਆਪਾਂ ਗਰੀਬ ਨਹੀਂ ਗੇ, ਇਸ ਦੇਸ਼ ਦੇ ਸਾਰੇ ਕਿਸਾਨ। ਤੁਸੀਂ ਹੈਰਾਨ ਹੋਵੋਗੇ ਕਿ ਤਾਮਿਲਨਾਡੂ ਦੇ ਕਿਸਾਨ ਦਿੱਲੀ ਵਿੱਚ ਆਣ ਕੇ ਧਰਨਾ ਮਾਰ ਕੇ ਬੈਠੇ ਨੇ ਕਾਫੀ ਦੇਰ ਤੋਂ, ਜੰਤਰ ਮੰਤਰ ਵਿਖੇ। ਔਰ ਮੈਨੂੰ ਦੁੱਖ ਆਇਆ ਉਧਰ ਫੋਟੋਆਂ ਦੇਖ ਕੇ, ਤਸਵੀਰਾਂ ਉਹਨਾਂ ਦੀਆਂ, ਨੰਗੇ ਬੈਠੇ ਨੇ ਨੰਗੇ। ਔਰ ਉਹਨਾਂ ਨੇ ਆਪਣੇ ਅੱਗੇਲੇ ਪਾਸੇ ਜਿਹੜੇ ਉਹਨਾਂ ਦੇ ਭੈਣ ਭਰਾ ਆਤਮ ਹੱਤਿਆ ਕਰ ਚੁੱਕੇ ਨੇ, ਉਹਨਾਂ ਦੀਆਂ ਖੋਪੜੀਆਂ ਰੱਖੀਆਂ ਲਾਗੇ, ਖੋਪੜੀਆਂ। ਲੇਕਿਨ ਮੋਦੀ ਨੂੰ ਦਿਸਦੀ ਨੀ ਖੋਪੜੀ, ਮੋਦੀ ਦੀਆਂ ਗੱਡੀਆਂ, ਸਰਕਾਰੀ ਵਜ਼ੀਰ, ਸਰਕਾਰੀ ਅਫਸਰ ਉੱਥੋਂ ਹਰ ਰੋਜ਼ ਲੰਘਦੇ ਨੇ, ਲੇਕਿਨ ਉਹਨੂੰ ਖੋਪੜੀਆਂ ਨਹੀਂ ਦੱਸਣਗੀਆਂ। ਇਸ ਲਈ ਭਰਾਓ, ਜਾਗ ਜਾਓ, ਜਿੰਨੀ ਛੇਤੀ ਜਾਗ ਸਕਦੇ ਹੋ। ਮੈਂ ਨਹੀਂ ਕਹਿੰਦਾ ਕਿ ਅਸੀਂ ਤੁਹਾਡਾ ਜਿਹੜੀਆਂ ਦੁੱਖ ਦਰਦ ਦੂਰ ਕਰ ਸਕਦੇ ਹਾਂ, ਲੇਕਿਨ ਇੱਕ ਗੱਲ ਸਾਬਤ ਹੋ ਚੁੱਕੀ ਹੈ ਇਸ ਦੇਸ਼ ਵਿੱਚ ਕਿ 70 ਸਾਲ ਦੇ ਇਸ ਯੁੱਗ ਵਿੱਚ ਰਵਾਇਤੀ ਪਾਰਟੀਆਂ, ਅਕਾਲੀ, ਕਾਂਗਰਸੀ, ਬੀਜੇਪੀ ਜੋ ਵੀ ਬਣੀਆਂ, ਉਹਨਾਂ ਨੇ ਖੇਤ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਬਾਤ ਨਹੀਂ ਪੁੱਛੀ, ਫਸਲਾਂ ਦੇ ਭਾਅ ਠੀਕ ਨਹੀਂ ਕੀਤੇ। ਤੁਹਾਡਾ ਖਿਆਲ ਆ ਕਿ ਪੰਜਾਬ ਤੇ ਤਾਮਿਲਨਾਡੂ ਤੇ ਮਹਾਰਾਸ਼ਟਰ ਤੇ ਆਂਧਰਾ ਤੇ ਤੇਲੰਗਾਨਾ ਸਾਰੇ ਕਿਸਾਨ ਨਲਾਇਕ ਨੇ? ਕਰਜ਼ਾ ਐਵੇਂ ਚੜ ਗਿਆ ਸਾਡੇ ਉੱਤੇ? ਕਰਜ਼ਾ ਚੜਿਆ ਕਿਉਂਕਿ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ MSP ਦਿੱਲੀਓਂ ਤੈਅ ਹੁੰਦੀ ਹੈ,
ਉਹ ਕਦੀ ਨਹੀਂ ਦੇਖਦੇ ਕਿ ਇਹਨਾਂ ਦੇ ਖਾਦਾਂ ਭਾਅ ਕਿੰਨੇ ਹੋ ਗਏ ਨੇ, ਇਹਨਾਂ ਦੀ ਲੇਬਰ ਕਿੰਨੀ ਵੱਧ ਗਈ ਆ, ਇਹਨਾਂ ਦੀ ਮਸ਼ੀਨਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ। ਜੋ ਮਹਿੰਗਾਈ ਦੀ ਦਰ ਹੈ ਜਿਸ ਨੂੰ BKU ਪ੍ਰਾਈਸ ਇੰਡੈਕਸ ਨਾਲ ਜੋੜਦੀ ਆ, ਉਹਦੇ ਵੱਲ ਕਦੀ ਧਿਆਨ ਨਹੀਂ ਕੀਤਾ। ਇੱਕ ਛੋਟਾ ਜਿਹਾ ਉਦਾਹਰਨ ਦੇ ਕੇ ਮੈਂ ਚੱਲਿਆ ਵਾਂ, ਮੈਂ ਤੁਹਾਨੂੰ ਸਿਰਫ ਕਿਉਂਕਿ ਤੁਸੀਂ ਕਿਸਾਨ ਖੇਤ ਮਜ਼ਦੂਰ ਇੱਕ ਹੀ ਗੱਲ ਕਾਫੀ ਸਮਝਣ ਨੂੰ, ਬਾਕੀ ਗੱਲਾਂ ਆਪਾਂ ਬਾਅਦ ਵਿੱਚ ਕਰਾਂਗੇ। ਸੋਨਾ ਅੱਜ ਤੋਂ 50 ਸਾਲ ਪਹਿਲਾਂ ਸੋਨੇ ਦਾ ਭਾਅ ਕਿੰਨਾ ਸੀਗਾ? ਇੱਕ ਤੋਲਾ ਸੋਨਾ 220 ਰੁਪਈਏ ਦਾ ਸੀ ਸਿਰਫ। 3 ਬੋਰੀਆਂ ਕਣਕ ਦੀਆਂ ਵੇਚਦੇ ਸੀ ਅਸੀਂ ਤੇ 1 ਤੋਲਾ ਸੋਨਾ ਲੈਂਦੇ ਸੀਗੇ 50 ਸਾਲ ਪਹਿਲਾਂ। ਤੇ 50 ਸਾਲ ਬਾਅਦ ਸਾਡੀ ਖਰੀਦਣ ਦੀ ਸ਼ਕਤੀ ਕਿਸਾਨਾਂ ਦੀ, ਗਰੀਬਾਂ ਦੀ ਵਧਣੀ ਚਾਹੀਦੀ ਸੀਗੀ, ਲੇਕਿਨ ਕਿੰਨੀ ਹੋ ਗਈ ਅੱਜ 50 ਸਾਲ ਬਾਅਦ? ਉਦੋਂ 3 ਬੋਰੀਆਂ ਕਣਕ ਦੀਆਂ ਵੇਚਦੇ ਸੀ, 80 ਰੁਪਏ ਕੁਇੰਟਲ ਕਣਕ ਸੀਗੀ, 3 ਕੁਇੰਟਲ ਕਣਕ ਵਿਕਦੀ ਸੀ, 1 ਤੋਲਾ ਸੋਨਾ ਆਉਂਦਾ ਸੀ। 50 ਸਾਲ ਬਾਅਦ ਅੱਜ ਸੋਨੇ ਦਾ ਭਾਅ ਹੈਗਾ 30,000 ਰੁਪਈਏ ਤੋਲਾ, ਤੇ ਕਣਕ ਦੀਆਂ 20 ਬੋਰੀਆਂ ਵਿਕਣ ਤੇ 1 ਤੋਲਾ ਸੋਨਾ ਆਉਂਦਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਦੇਸ਼ ਦੇ ਰਾਜ ਕਰਨ ਵਾਲਿਆਂ ਨੇ ਤੁਹਾਡੇ ਨਾਲ ਕਿੰਨਾ ਵਿਤਕਰਾ ਕੀਤਾ ਹੈ। ਇਸ ਲਈ ਮੈਂ ਅਪੀਲ ਕਰੂੰਗਾ ਕਿਸਾਨਾਂ ਨੂੰ, ਖੇਤ ਮਜ਼ਦੂਰਾਂ ਨੂੰ, ਆਪਣੀਆਂ ਜਾਨਾਂ ਮਤ ਗਵਾਓ। ਤੁਸੀਂ ਆਤਮ ਹੱਤਿਆ ਕਿਉਂ ਕਰ ਰਹੇ ਹੋ? ਮੰਨ ਲਿਆ ਤੁਹਾਡੇ ਤੇ ਕਰਜ਼ਾ ਵਾ, ਮੰਨ ਲਿਆ ਤੁਹਾਡੇ ਤੇ ਮਯੂਸੀ ਆ, ਪਰ ਆਪਾਂ ਆਪਣੀ ਜਾਨ ਗਵਾਉਣ ਦੀ ਬਜਾਏ ਆਪਾਂ ਉਹਨਾਂ ਨੂੰ ਘੇਰੀਏ ਜਿਹਨਾਂ ਲੋਕਾਂ ਨੇ ਸਾਡੀ ਇਹ ਹਾਲਤ ਬਣਾਈ ਇਸ ਦੇਸ਼ ਦੇ ਵਿੱਚ, ਉਹਨਾਂ ਨੂੰ ਘੇਰੀਏ ਆਪਾਂ। ਆ ਜਿਹੜੇ ਲੋਕ ਤੁਹਾਡੇ ਕੋਲ ਪਿਛਲੀਆਂ ਇਲੈਕਸ਼ਨਾਂ 'ਚ ਫਾਰਮ ਭਰਾ ਕੇ ਲੈ ਕੇ ਗਏ ਨੇ, ਕੈਪਟਨ ਅਮਰਿੰਦਰ ਸਿੰਘ ਦੇ ਸਾਈਨ ਨੇ, ਉਹਨਾਂ ਫਾਰਮਾਂ ਨੂੰ ਲੈ ਕੇ ਬਾਹਰ ਖੜੇ ਹੋ ਜਾਓ ਪਿੰਡਾਂ ਦੇ। ਜਿੱਦਣ ਕੋਈ ਕਾਂਗਰਸੀ MLA ਵਜ਼ੀਰ ਆਉਂਦਾ ਉਹਨੂੰ ਕਹੋ ਸਾਡੇ ਪਿੰਡ ਵਿੱਚ ਬਾਅਦ ਵਿੱਚ ਵੜੀ, ਪਹਿਲਾਂ ਆ ਜਿਹੜਾ ਸਾਡਾ ਕਰਜ਼ਾ ਮੁਕਤੀ ਦਾ ਫਾਰਮ ਭਰਾਇਆ ਸੀ ਸਾਡਾ, ਇਸ ਦਾ ਕੋਈ ਹੱਲ ਕੱਢ ਕੇ ਜਾ। ਉਹਨਾਂ ਨੂੰ ਘੇਰੋ, ਆਪਣੀ ਜਾਨ ਮਤ ਗਵਾਓ। ਆਪਾਂ ਕੌਣ ਆ? ਅਸੀਂ ਉਹ ਗੁਰੂ ਗੋਬਿੰਦ ਸਿੰਘ ਦੀ ਔਲਾਦ ਆ, ਉਹ ਖਾਲਸੇ ਦੀ ਔਲਾਦ ਆ, ਜਿਨ੍ਹਾਂ ਨੇ ਅਬਦਾਲੀਆਂ, ਦੁਰਾਨੀਆਂ, ਮੁਗਲਾਂ ਉਹਨਾਂ ਨੂੰ ਨੱਥ ਪਾਈ ਸੀ ਭਰਾਓ, ਜਿਹੜੇ ਇਸ ਦੇਸ਼ ਦੀਆਂ ਔਰਤਾਂ ਨੂੰ ਲਿਜਾ ਕੇ ਕਾਬੁਲ ਤੇ ਕੰਧਾਰ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਦੀ ਵੇਚਦੇ ਸੀਗੇ। ਆਪਣੇ ਬਜ਼ੁਰਗਾਂ ਪੇ ਦਾਦਿਆਂ ਨੇ ਉਹਨਾਂ ਨੂੰ ਨੱਥਾਂ ਪਾਈਆਂ, ਤੇ ਆਪਾਂ ਆਪਣੀ ਜਾਨ ਕਿਉਂ ਗਵਾਈਏ ਬਈ? ਆਪਾਂ ਉਹਨਾਂ ਨੂੰ ਪੁੱਛੋ, ਹਿਸਾਬ ਮੰਗੋ, ਜਵਾਬ ਦੇ ਬਣਾਓ ਕਿ ਤੁਸੀਂ ਸਾਡੇ ਕੋਲ ਵਾਅਦੇ ਕਰਕੇ ਜਿਹੜੇ ਗਏ ਆ ਉਹ ਸਾਡੇ ਪੂਰੇ ਕਰੋ। ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਂ ਵੀ ਚੰਡੀਗੜ੍ਹ ਪਹੁੰਚ ਕੇ ਜੋ ਪਹਾੜੀ ਰਾਜਾਂ ਨੂੰ ਸਹੂਲਤਾਂ ਦਿੱਤੀਆਂ ਮੋਦੀ ਦੀ ਸਰਕਾਰ ਨੇ 10 ਸਾਲ ਵਾਸਤੇ, ਅਸੀਂ ਅੱਜ ਉਹਦਾ ਫੈਸਲਾ ਕਰਨਾ ਕਿ ਧਰਨਾ ਕਿੱਥੇ ਮਾਰਨਾ ਤੇ ਮੋਦੀ ਦੇ ਉਸ ਫੈਸਲੇ ਦੀ ਰੁਕਾਵਟ ਤੇ ਉਹਦੀ ਮੁਖਾਲਫਤ ਕਿੱਥੇ ਕਰਨੀ ਆ। ਇਸ ਲਈ ਆਪਣੇ ਹੱਕ ਲੈਣ ਵਾਸਤੇ ਜਾਗੋ। ਉਹ ਕੀ ਕਹਿੰਦੇ ਆ, ਸਾਡਾ ਹੱਕ ਇੱਥੇ ਰੱਖ, ਬਜਾਏ ਕਿ ਮੰਗੀਏ, ਮਿੰਨਤਾਂ ਕੱਢੀਏ, ਖੁਦਕੁਸ਼ੀਆਂ ਕਰੀਏ, ਸਾਡਾ ਹੱਕ ਇੱਥੇ ਰੱਖ, ਇਹ ਨਾਰਾ ਪੰਜਾਬ ਦੇ ਵਿੱਚ ਲੈ ਕੇ ਨਿਕਲੋ। ਬਹੁਤ ਬਹੁਤ ਸਭ ਨੂੰ, ਜਿਹੜੇ ਸਾਡੇ ਮੀਡੀਆ ਦੇ ਮਿੱਤਰ ਨੇ, ਜਰਨਲਿਸਟ ਨੇ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਸ਼ਬਦਾਂ ਰਿਣੀ ਆ। ਮੇਰੀ ਪਾਰਟੀ ਦੇ ਕੁਛ ਸਤਿਕਾਰਯੋਗ ਸੱਜਣਾਂ ਦਾ ਨਾਮ ਰਹਿ ਗਿਆ ਹੋਊਗਾ, ਮੈਨੂੰ ਭੈਣ ਦੱਸ ਰਹੀ ਸੀ, ਜਰਨੈਲ ਸਿੰਘ ਬਹੁਤ ਕੰਮ ਕਰਦੇ ਨੇ NRI ਨੇ, ਦੇਵ ਮਾਨ ਉੱਥੋਂ ਨਾਭੇ ਤੋਂ ਇਲੈਕਸ਼ਨ ਲੜੇ ਸੀ, ਬਹੁਤ ਸਾਰੇ ਹੋਰ ਰਹਿ ਗਏ ਹੋਣਗੇ, ਉਹਨਾਂ ਤੋਂ ਮੈਂ ਮਾਫੀ ਮੰਗਦਾ। ਇੱਕ ਵਾਰ ਪਿਆਰ ਨਾਲ ਸਾਰੇ ਇੱਕ ਵਾਰ ਫਿਰ ਫਤਿਹ ਬੁਲਾ ਦਿਓ। ਉਹ ਜਿਹੜੇ ਤੁਸੀਂ ਘੇਰੇ ਦੇ ਖੜੇ ਹੋ, ਫਤਿਹ ਤਾਂ ਸਭ ਤੇ ਲਾਗੂ ਹੁੰਦੀ ਆ ਭਰਾਓ, ਇਹ ਉਸ ਵਾਹਿਗੁਰੂ ਉਸ ਸਾਡੇ ਦਸ਼ਮੇਸ਼ ਪਿਤਾ ਦੀ ਫਤਿਹ ਆ। ਫਤਿਹ ਤੋਂ ਕਿਸੇ ਦੀ ਜਿਹੜਾ ਮੁਖਾਰਬਿਨ ਆ ਉਹ ਵਾਂਝਾ ਨਹੀਂ ਰਹਿਣਾ ਚਾਹੀਦਾ। ਫਤਿਹ ਬੁਲਾਓ ਸਾਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਹਾਂ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਸਾਹਿਬ ਦਾ। ਹੈਲੋ, ਮੈਂ ਬੇਨਤੀ ਕਰਦਾ ਵੀਰੇ, ਆਪਣੀ ਗੁੱਗਾ ਮਾੜੀ ਕਮੇਟੀ ਤੇ ਆਪਣੇ ਕਲੱਬ ਦੇ ਮੈਂਬਰਾਂ ਦਾ ਕਿ ਉਹ ਆ ਕੇ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਦਾ ਸਨਮਾਨ ਕਰਨ। ਵੀਰੇ ਇੱਕ ਬੇਨਤੀ ਆ ਬਾਈ, ਸਿਰਫ ਗੁੱਗਾ ਮਾੜੀ ਕਮੇਟੀ ਤੇ ਕਲੱਬ ਦੇ ਮੈਂਬਰ ਹੋਣ, ਹਾਂ ਸੱਚੀ ਗੱਲ ਨਾ ਹੋਵੇ
सिर्फ गुगा माड़ी कमेटी के मैंबर क्लब के मैंबर हो। सरदार सुखपाल सैर सिंह का बहुत धन्यवाद करते हैं जी, जिन्होंने इस निमाणे जे पिंड नूं माण दिता है। बोले सो निहाल, बहुत धन्यवादी है जी सरदार सुखपाल सिंह खैरा जी दे। अच्छा जी, मैं बेनती करता जी सरदार ज्ञान सिंह जी मंगोवाल ते ओ माइक ते आउण ते दो शब्द कहना। भाई आ साइड दे दो यार मड़ी जी, बहुत धन्यवाद करो जी। मालवा ते हरियाणा यार जल्दी आए, बहुत ही सत्कारयोग पंजाब दी आवाज सरदार सुखपाल सिंह जी खैरा अपोजिशन लीडर आम आदमी पार्टी। मैं ककराला भाई के पहुंचने ते समूह इलाका निवासियों वालों दा खैरा जी दा इत्थे ते बहुत धन्यवाद करदा। बहुत बहुत धन्यवाद है खैरा साहब का, उन्होंने अज पंजाब दे हालात ते जिहड़ा ते चानना पाया। सो वीरो आपां ने आनंद माणना है खेलां दा, हुण जल्दी जल्दी खेडां शुरू होणगियां। सारे वीरां ने प्यार ते सत्कार दे नाल खेडां दा आनंद माणना है। हरियाणा ते मालवा बहुत बहुत धन्यवाद है। दो टीमां जी ने तीन मिनट च आ जा, ਇਹ ਦੋ ਟੀਮਾਂ ਦਾ ਮੈਚ ਕੈਨਸਲ ਹੋ ਗਿਆ ਮਾਲਵਾ ਤੇ। ਮੈਂ ਬੇਨਤੀ ਕਰਦਾ ਜੰਗੋ ਸਾਹਿਬ ਜੀ, ਤੁਸੀਂ ਟੀਮਾਂ ਬੁਲਾਓ ਗਰਾਊਂਡ ਚ, ਹਾਂ ਤੇ ਸਟੇਜ ਖਾਲੀ ਕਰ ਲਓ ਬਾਈ। ਮੈਂ ਰਾਮਲਾ ਸਾਹਿਬ ਨੂੰ ਬੇਨਤੀ ਕਰਦਾ। ਮਾਲਵਾ ਤੇ ਹਰਿਆਣਾ ਬਾਈ ਜੀ ਦੀ ਵਾਏ ਖੋਲ ਦੋ ਯਾਰ ਸਾਊਂਡ ਪੇਟਰ। ਕਿੱਥੇ ਗਏ ਤੂੰ ਮਾਲਵਾ ਹਰਿਆਣਾ? ਮੈਂ ਸਾਰਿਆਂ ਨੂੰ ਬੇਨਤੀ, ਗਰਾਊਂਡ ਖਾਲੀ ਕਰ ਦੋ। ਮਾਲਵਾ ਤੇ ਹਰਿਆਣੇ ਦੀ ਟੀਮ ਜਲਦੀ ਆ ਜੇ, ਜਿੱਥੇ ਸਾਡੇ ਦਰਮਿਆਨ ਪੰਜਾਬੀ ਮਸ਼ਹੂਰ ਗਾਇਕ ਜੋੜੀ ਕਰਤਾਰ ਰਾਮਲਾ ਜੀ, ਉੱਥੇ ਸਾਡਾ ਵੀ ਧਰਮ ਬਾਜਾ ਪੁੱਜੇ ਹੋਏ ਨੇ। ਮੈਂ ਮਾਈਕ ਤੇ ਮੰਗਾ ਸਟੇਜ ਦੇ ਵਾਲੇ, ਪੰਜ ਮਿੰਟਾਂ ਦੇ ਵਿੱਚ ਦੋ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਕੈਰੀ ਔਨ ਸਟੇਜ। ਮੈਂ ਬੇਨਤੀ ਕਰਦਾ ਜੀ ਸਰਦਾਰ ਕਰਤਾਰ ਸਿੰਘ ਰਾਮਲਾ ਜੀ ਨੂੰ ਕਿ ਉਹ ਸਟੇਜ ਤੇ ਆਉਣਾ ਤੇ ਇੱਕ ਵਾਰ ਪਾਲੀ ਸੁਣਾਉਣਾ। ਬਹੁਤ ਧੰਨਵਾਦੀ ਹੋਵਾਂਗੇ। ਇਹ ਸੁਪਨਾ ਹੋ ਗਈ ਪਾਲੀਏ, ਮੇਲੋਂ ਵੀ ਰਹਿ ਗਈ ਨਹੀਂ। ਗਰਾਊਂਡ ਖਾਲੀ ਕਰ ਦੋ ਵੀਰੇ, ਗਰਾਊਂਡ ਖਾਲੀ, ਗਰਾਊਂਡ ਖਾਲੀ ਕਰ ਦੋ ਬਾਈ ਜੀ, ਹੱਥ ਬੰਨ ਕੇ ਬੇਨਤੀ, ਗਰਾਊਂਡ ਖਾਲੀ ਕਰੋ। ਹੈਲੋ, ਖਾਸ ਕਰਕੇ ਮੇਰੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਜਦੋਂ ਟੀਮਾਂ ਗਰਾਊਂਡ 'ਚ ਆ ਜਾਣ ਉਦੋਂ ਆਪਾਂ ਕੋਈ ਗਾਣਾ ਨਹੀਂ ਗਾਉਣਾ, ਕਿਉਂਕਿ ਜਵਾਨਾਂ ਦੀਆਂ ਪਗੜਾਂ ਦੇਖਾਂਗੇ, ਨਹੀਂ ਤਾਂ ਅੱਧੇ ਇੱਧਰ ਰੁੱਝੇ ਹੁੰਦੇ ਅੱਧੇ ਉੱਧਰ, ਕਿਉਂਕਿ ਉਹਨਾਂ ਦੇ ਜੁੱਸੇ ਦੇ ਆਪਾਂ ਕਮਾਈ ਕੀਤੀ ਹੋਈ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਹੈ ਉਹ ਸਫਲ ਕਰਨੀ ਹੈ। ਇਸ ਕਰਕੇ ਆਪਾਂ ਇਹ ਪਾਲੀ ਤੋਂ ਬਾਅਦ ਉਹਨਾਂ ਦੀ ਕਬੱਡੀ ਦੇਖਾਂਗੇ, ਕਬੱਡੀ ਹੋਣ ਤੋਂ ਬਾਅਦ ਜੋ ਫੈਸਲਾ ਆਊਗਾ ਉਸ ਤੋਂ ਬਾਅਦ ਗਾਣਾ ਗਾਵਾਂਗੇ ਆਪਾਂ। ਸਹਿਜ ਸੁਭਾ ਮੈਂ ਵਸਲ ਦੀ ਗੱਲ ਕੀਤੀ ਤੇ ਅੱਗੋਂ ਹੱਸ ਕੇ ਕਿਉਂ ਦਿਲਦਾਰ, ਪਰਸੋਂ ਲੰਘ ਗਈ ਵੇਂਦਿਆਂ ਵੇਂਦਿਆਂ ਦੀ, ਅੱਜ ਆਈ ਨਾ ਮੇਰੀ ਸਰਕਾਰ ਪਰਸੋਂ, ਏਦਾਂ ਮਿੱਤਰਾਂ ਦੇ ਨਾਲ ਕਰੀਦੀ ਨਹੀਂ, ਤੇਰੇ ਅੜੀਕ ਦਾ ਤੈਨੂੰ ਕਰਤਾਰ ਪਰਸੋਂ, ਏਦਾਂ ਮਿੱਤਰਾਂ ਦੇ ਨਾਲ ਕਰੀਦੀ ਨਹੀਂ, ਤੇਰੇ ਅੜੀਕ ਦਾ ਤੈਨੂੰ ਕਰਤਾਰ ਪਰਸੋਂ, ਕਹਿੰਦੇ ਆਜ ਕਾ ਦੀ ਪਰਸੋਂ ਨਹੀਂ ਆਉਂਦੀ, ਤੈ ਆਈ ਨੀ ਮੇਰੀ ਸਰਕਾਰ ਪਰਸੋਂ।
कालेज विच मारा गेड़ा वेखण नू मुकड़ा तेरा कालेज विच मारा गेड़ा वेखण नू मुकड़ा तेरा किथे जा बहगी नहीं सुपना हो गई पालिए ओ मिलनों भी रहेगी नहीं सुपना हो गई पालिए ओ मिलनों भी रहेगी नहीं सुपना हो गई पालिए लेटर सी लिख दी तैनू बापू ने वेखिया मैनू लेटर सी लिख दी तैनू बापू ने वेखिया मैनू पट्टी गुत मेरी वे पढ़नो हटाली मापिया पाली हुण तेरी वे पढ़नो हटाली मापिया कालेज विच पुछदा रहिंदा वेखी नी पाली मेरी कालेज विच पुछदा रहिंदा वेखी नी पाली मेरी कुड़ियां ने बन सवनियां दिसदी नहीं सूरत तेरी सारा जग बैरी हो गया सारा जग बैरी हो गया अर्शों कंध टहगी नी सुपना हो गई पालिए ओ मिलनो भी रह गई नी आके मैं मिला वे यारा खाता पजला के तैनू आके मैं मिला वे यारा खांदा ता जमा वसा नहीं साडा ता टब्बर सारा खांदा ता जमा वसा नहीं साडा ता टब्बर सारा चलनो भी रहगी मेरी हुण हेरा फेरी वे पढ़नो हटाली मापिया पाली हुण तेरी वे पढ़नो हटाली मापिया लोकां तो अख बचा के मिल जाया करने मैनू दिल विचार टाइम रकाने चेते मैं करदा तैनू मित्रां दी जिंद वैर मित्रां दी जिंद वैर वक्तां विच पै गई नहीं सुपना हो गई पालिए ओ मिलनों भी रह गई नहीं सुपना हो गई पालिए लोकी नी खेड़ा छड़ दे रुकने वाले दे मुंडे तेरियां गल्ला कर दे रुकने वाले दे मुंडे तेरियां गल्ला कर दे कुड़ियां विच चर्चा पंछी कुड़ियां विच चर्चा पंछी तेरी ते मेरी वे पढ़नो हटाली मापिया पाली हुण तेरी वे पढ़नो हटाली मापिया ओ मिलनो भी रह गई नी हटाली मापिया ऐ मिलनो भी रह गई नी हटाली मिलो भी रहगी नहीं सपना कई पली मैच शुरू करवा दे यार इस गीत तो खुश होके भरपूर सिंह जी गुग्गा मड़ी दे खजांची साहब मैं तहे दिल तो शुक्रिया अदा करांगा और राज सिंह जी उन्होंने बहुत सम्मान किया उन्होंने भी तहे दिल तो शुक्रिया अदा करदा होर बड़ी हस्ती ने मान किया सारे तहे दिल तो शुक्रिया अदा करांगा हां जी भाजी की प्रोग्राम है प्लीज बेनती है भाई मालवे दी टीम है तक नहीं पुजी मालवे की टीम ले दो मिनट का समा हनुमान माधा ये चार टीम ग्राउंड वीर बेनती यार खाली कर दो हाथ बन के बेनती है सुख दर्शन चाहल जी पत्रकार जिन्होंने ये सारी मेले की खबर जो कि अखबारों के लाइनी है मैं तहे दिल तो शुक्रिया अदा करा उन्हों का मालवे की टीम बेनते मालवे वाले ने जल्दी ग्राउंड च आ जाओ मालवे वाले प्लीज बेनते मालवे की टीम मालवे की टीम जल्दी आई आना वीरे मैं यार सतगुरु बरे टीम का टाइम नोट कर दो मिनट दो मिनट का समा दिता जाता मालवे की टीम न जो दो मिनट अगर लेट होंगी तो 5000 रुपया फाइन होगा पार्टिसिपेशन है जी प्रैचू कुटा जाएगा लो जी मैं जी बेनती की प्रबंधकों की बहुत वधिया ढंग कबूल हो गई है
ਹੁਣ ਜਵਾਨਾਂ ਦੀਆਂ ਪਕੜਾਂ ਹੋਣਗੀਆਂ ਉਹਨਾਂ ਨੇ ਦਰਖਾਸਤ ਕਰਤੀ ਹੈ ਬੜੇ ਪਿਆਰ ਆਦਰ ਨਾਲ ਵੀ ਤੁਸੀਂ ਹਾਜ਼ਰੀ ਜਿੰਨੀ ਲਵਾਈ ਹੈ ਸਾਡੇ ਸਿਰ ਮੱਥੇ ਹੈ ਤੇ ਇਹ ਪ੍ਰੋਗਰਾਮ ਹੁਣ ਇਕੱਲਾ ਕੁਸ਼ਤੀ ਦਾ ਤੇ ਜਾਂ ਕਬੱਡੀ ਦਾ ਚੱਲੂਗਾ ਇਹ ਗਾਇਕੀ ਦਾ ਪ੍ਰੋਗਰਾਮ ਖੜਾ ਜਿਹੜਾ ਬਣਦਾ ਅਸੀਂ ਸਾਰਿਆਂ ਦੋਸਤਾਂ ਆਇਆ ਹੋਏ ਨੇ ਜੀ ਆਇਆਂ ਕਹਿੰਦੇ ਜਿਹਨਾਂ ਨੇ ਆਨੰਦ ਮਾਣਿਆ ਇਹ ਆਪਣਾ ਨਾ ਸਾਰੀ ਆਡੀਅੰਸ ਦਾ ਤੇ ਨਾ ਗਾਇਕਾਂ ਦਾ ਕਸੂਰ ਹੈ ਪਰਮਾਤਮਾ ਨੂੰ ਵਾਹਿਗੁਰੂ ਨੂੰ ਜੋ ਚੰਗਾ ਲੱਗਦਾ ਹੁੰਦਾ ਉਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਧਰਮਦਾਸ ਨੇ ਬੰਦਾ ਮਜੀਸ਼ੀਅਨ ਆ ਮੇਨ ਤੇ ਬਾਜੀ ਕਮੈਂਟ ਪ੍ਰੀ ਗਰਾਊਂਡ ਦੇ ਵਿੱਚ ਟੀਮ ਜਲਦੀ ਆਵੇ ਬਾਈ ਜੀ ਮਾਲਵਾ ਮਾਲਵੇ ਦੀ ਟੀਮ ਜਿੱਥੇ ਵੀ ਵਾਜ ਸੁਣਦੇ ਗਰਾਊਂਡ ਦੇ ਵਿੱਚ ਆਵੇ ਮਾਲਵੇ ਦੀ ਟੀਮ ਨੂੰ ਮੇਰੀ ਬੇਨਤੀ ਆ ਗਰਾਊਂਡ ਦੇ ਵਿੱਚ ਆਵੇ ਮਾਲਵਾ ਕਬੱਡੀ ਦੇ ਕੋਚਾਂ ਨੇ ਕਹਿਤਾ ਹੈ ਪ੍ਰਬੰਧਕਾਂ ਨੇ ਕਹਿਤਾ ਹੈ ਕਮੇਟੀ ਨੇ ਔਰ ਜਿੰਨੇ ਵੀ ਕਲੱਬ ਦੇ ਮੈਂਬਰ ਨੇ ਅਸੀਂ ਵੀ ਖੁਦ ਪਲੇਅਰਾਂ ਦਾ ਆਦਰ ਕਰਦੇ ਹਾਂ ਅਸੀਂ ਪਲੇਅਰਾਂ ਦੀ ਨਰਾਦਰੀ ਕਰਨੀ ਨਹੀਂ ਚਾਹੁੰਦੇ ਵੀ ਅਸੀਂ ਗਾਈਏ ਉਹਨਾਂ ਅੱਜ ਵੀ ਅੱਧਾ ਧਿਆਨ ਰਵੇ ਅੱਧਾ ਸਾਡੇ ਹੱਲ ਰਵੇ ਇਸ ਕਰਕੇ ਪਲੇਅਰਾਂ ਨੂੰ ਪਹਿਲ ਦਿਓ ਸਾਡਾ ਖੜਾ ਫਿਰ ਕਿਤੇ ਰਹੀ ਜ਼ਿੰਦਗੀ ਤੇ ਫਿਰ ਵੀ ਸੇਵਾ ਕਰਾਂਗੇ ਹੈਲੋ ਹੈਲੋ ਬਾਈ ਜੀ ਕਿਉਂਕਿ ਦਰਸ਼ਕ ਕਬੱਡੀ ਦੀਆਂ ਟੀਮਾਂ ਵੀ ਦੇਖਣ ਆਏ ਨੇ ਘੋਲ ਖੇਡ ਵੀ ਦੇਖਣ ਆਏ ਨੇ ਅਸੀਂ ਦੋ ਗੀਤਾਂ ਦਾ ਸਮਾਂ ਲਵਾਂਗੇ ਸਾਡੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਕਰਕੇ ਸਾਰਾ 10 ਮਿੰਟ ਦਾ ਸਮਾਂ ਸਾਰੇ ਖੁਸ਼ ਹੋ ਜਾਣਗੇ ਕਿਉਂ ਜੀ ਤੁਸੀਂ ਸੁਣਨਾ ਚਾਹੁੰਦੇ ਹੋ ਹੱਥ ਖੜੇ ਕਰੋ ਦੇਖੋ ਚਾਹੇ ਪ੍ਰਬੰਧਕ ਹੁਕਮ ਲਾਉਂਦੇ ਵੀ ਨੇ ਪਰ ਮੈਂ ਇਸ ਗੱਲ ਤੋਂ ਮੁਨਕਰ ਹਾਂ ਮੈਂ ਪਲੇਅਰਾਂ ਦੇ ਹੱਕ ਚ ਕਿ ਉਹ ਵੇਖੋ ਸਾਡੇ ਕੋਲ ਤਾਂ ਭਾਵੇਂ ਰਾਤ ਦੇ 11 ਵਜੇ ਤਾਈਂ ਵੀ ਸਾਡੇ ਕੋਲੋਂ ਗੀਤ ਨਹੀਂ ਮੁੱਕਣਗੇ ਹਜ਼ਾਰਾਂ ਗੀਤ ਨੇ ਪਰ ਇਸ ਕਰਕੇ ਅਸੀਂ ਕਹਿੰਦੇ ਵੀ ਜੋ ਪਲੇਅਰਾਂ ਦੀ ਟੀਮ ਆਈ ਹੋਈ ਹੈ ਗਰਾਊਂਡ 'ਚ ਉਹਨਾਂ ਦਾ ਮੈਚ ਸ਼ੁਰੂ ਕਰਾਉਣਾ ਚਾਹੀਦਾ ਹੈ ਇੱਕ ਮਿੰਟ ਕੋਚ ਸਾਹਿਬ ਤੁਹਾਡੇ ਵੱਲੋਂ ਪੱਕੀ ਗੱਲ ਹੈ ਅੱਛਾ 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 ਆਓ ਜੀ ਆਓ ਤਾਰੀ ਜੀ ਆ ਜਾਓ ਆ ਜਾਓ ਭਾਈ ਮੈਂ ਬੇਨਤੀ ਕਰਦਾ ਇੱਧਰ ਪਾਸੇ ਸਟੇਜ ਖਾਲੀ ਕਰ ਦਿਓ ਭਾਜੀ ਮੈਂ ਤਾਂ ਸ਼ੁਰੂ ਕਰਾਵਾਂਗਾ ਹੱਥ ਬੰਨ ਕੇ ਬੇਨਤੀ ਹੈ ਦੁਹੱਥੜੀ ਬੇਨਤੀ ਹੈ ਥੋੜ੍ਹਾ ਜਿਹਾ ਇੱਧਰ ਹੋ ਜਾਓ ਜਗ੍ਹਾ ਖਾਲੀ ਕਰ ਦਿਓ ਮਿਹਰਬਾਨੀ ਕਰਕੇ ਹਾਂਜੀ ਹਾਂਜੀ ਆਓ ਜੀ ਲਓ ਬਈ ਸੱਜਣੋ ਬਰਕਰਾਰ ਰੱਖਾਂਗੇ ਤੁਹਾਡਾ ਮੂਡ ਲੋ ਕਈ ਵੀਰਾਂ ਲਾਲਚ ਚਾ ਕੇ ਤੇ ਰਿਸ਼ਤੇ ਪੁੱਠੇ ਜੁੜ ਜਾਂਦੇ ਨੇ ਇੱਕ ਦਿਓਰ ਆਪਦੀ ਭਾਬੀ ਨੂੰ ਬੇਨਤੀ ਕਰਦਾ ਵੀ ਤੂੰ ਬਹੁਤ ਮਾੜਾ ਕੰਮ ਕੀਤਾ ਜਿਹੜਾ ਮੇਰਾ ਰਿਸ਼ਤਾ ਕਰਾਇਆ ਉਹ ਠੀਕ ਨਹੀਂ ਸੁਣੋ ਚਲਾ ਗੌਰਨਾ ਇੱਕ ਕਲਚਰ ਦਾ ਪਰਫੁਰ ਗਈ ਗੱਲ ਇਹ ਹੈ ਬੇਸ਼ੱਕ ਸਮਾਂ ਥੋੜ੍ਹਾ ਪਰ ਦੋ ਕੁ ਕੌਡੀਆਂ ਹੀ ਪਾਉਣੀਆਂ ਤੁਸੀਂ ਉਹ ਤੁਹਾਡੇ ਹੱਕ 'ਚ ਹੀ ਹੋਣਗੀਆਂ
दारू नित पीना ना मैनू लगी हुई है ए भी ना समझिया जे के मुफ्त दी ठगी वजी हुई है दारू ता इसलिए पीना गल सुनो मेरे सज्जनों ओ चित लगदा नहीं तीमी भजी हुई कली मेज पलंग ते आउंदी माड़ी मंजी ना उडाउंदी रोंदी अजे भी सेहत बनाउंदी रहंदी अजे भी सेहत बनाउंदी नक च दम लिया ता नी ओ कादा देवर वे आया मैनू जमा फसाता नी कादा देवर वे आया भाबीए जमा अड़ाता नी ओदे हो गया जदी कल्याणा ओदे हो गया जदी कल्याणा उने आप लिसी हो जाना ओदे हो गया जदी कल्याणा उने आप लिसी हो जाना वे तू मान करे अनजाना यो की कट कहोंदी वे ओए नारग देले वर्गी करमा नाल थे आउंदी वे नारग देले वर्गी करमा नाल थे आउंदी वे नारग देले वर्गी करमा नाल थे आउंदी वे बड़ी गदेला भी की करना है जे उत्ते ही नहीं आउंदा ता जरा गौर ना सोटा भाई ओ जदे ओ प्यार दा मूड बनावे ओ जदो प्यार दा मूड बनावे मैनू कंबड़ी जी छिड़ जावे जदो प्यार दा मूड बनावे मैनू कंबड़ी जी छिड़ जावे नी नेड़े जांदे नू डर आवे नेड़े जांदे नू डर आवे उम्र दा कैद कराता नी हक्का दा दूर वे आया पापी जमा फसाता नी हक्का दा दूर वे आया रख के जमा फसाता नी ਗੱਲ ਸੁਣ ਪਾਲ ਜੇ ਠੂਕਿਆਂ ਵਾਲੇ ਜਾਣ ਸੰਜੋਗ ਕਦੇ ਨਾ ਟਾਲੇ ਉਹ ਤਾਂ ਰਹੂ ਉਮਰ ਭਰ ਨਾਲੇ ਜੋ ਤੇਰੇ ਮਨ ਨਾ ਪਾਉਂਦੀ ਵੇ ਓਏ ਨਾਰ ਬਦਲਣ ਦੀ ਭਾਰੀ ਕਰਮਾ ਨਾਲ ਥੇ ਆਉਂਦੀ ਵੇ ਨਾਰ ਬਦਲਣ ਦੀ ਭਾਰੀ ਕਰਮਾ ਨਾਲ ਥੇ ਆਉਂਦੀ ਵੇ ਕਾਦਾ ਦੇਵਰ ਮੇ ਆਇਆ ਭਾਬੀ ਜਮਾ ਫਸਾਤਾ ਨੀ ਓਏ ਨਾਰ ਬਦਲੇ ਵਰਗੀ ਕਰਮਾ ਨਾਲ ਥੇ ਆਉਂਦੀ ਵੇ ਓ ਕਾਦਾ ਦੇਵਰ ਮੇ ਆਇਆ ਮੈਨੂੰ ਜਮਾ ਫਸਾਤਾ ਨੀ ਲਓ ਇਹਦੇ ਨਾਲ ਹੀ ਰਣ ਬਦਲ ਵਰਗੀ ਯਾਰ ਮੈਂ ਇੱਕ ਹੋਰ ਗੀਤ ਸੁਣਾਉਣਾ ਚਾਹੁੰਦਾ ਸੀ ਆਪਦੀ ਮਰਜ਼ੀ ਨਾਲ ਰਣ ਬਦਲ ਵਰਗੀ ਬਾਅਦ ਚ ਸੁਣਾ ਦੂੰਗਾ ਵੀਰੇ ਆ ਗਈ ਸੁਣ ਜ਼ਰਾ ਤੁਹਾਨੂੰ ਪਤਾ ਹੈ ਆ ਮੂਡ ਬਣਾਉਣ ਵਾਲਾ ਗੀਤ ਸੁਣਾਉਣ ਲੱਗਿਆ ਵੀ ਨੋਆਂ ਤੇ ਸੱਸਾਂ ਦੀ ਬਣਦੀ ਨਹੀਂ ਹੁੰਦੀ ਸਾਡਾ ਰਿਕਾਰਡ ਹੋਇਆ ਗੀਤ ਹੈ ਜੇ ਬਣੇ ਤਾਂ ਫਿਰ ਮਾਮਾ ਧੀਆਂ ਵਰਗੀ ਬਣਦੀ ਹੈ ਲਓ ਸੱਸ ਆਪਦੀ ਨੋਹ ਦੇ ਨੁਕਸ ਕੱਢਦੀ ਇਹਨੂੰ ਸਬਜ਼ੀ ਨਹੀਂ ਆਉਂਦੀ ਇਹ ਤੁਰਦੀ ਕਿਵੇਂ ਆ ਫੈਸ਼ਨ ਕਰਦੀ ਹੈ ਓਕੇ ਹੋ ਗਿਆ ਖਤਮ ਕਰ ਦਈਏ ਲਓ ਜੀ ਪਲੇਅਰ ਆ ਗਏ ਨੇ ਖਤਮ ਕਰਕੇ ਨਾ ਖਤਮ ਕਰ ਦਈਏ ਨਹੀਂ ਉਹ ਪ੍ਰਬੰਧਕਾਂ ਨੇ ਕਹਿਤਾ ਯਾਰ ਛੱਡੋ ਉਹ ਛੱਡੋ ਯਾਰ ਉਹ ਜਾਣ ਦੇ ਟਾਈਮ ਜਾਂਦਾ ਯਾਰ ਉਹ ਛੋਟੇ ਭਾਈ ਜਾਣ ਦੇ ਜਾਣ ਦੇ ਪਿੰਡ ਦੇ ਮੁੰਡੇ ਉਹ ਹੁਣ ਕੀ ਦੇਖਦੇ ਲੰਘ ਗਈ ਮਜਾ ਜਣ ਕਹਿ ਕੇ ਪਿੰਡ ਦੇ ਮੁੰਡੇ ਉਹ ਹੁਣ ਕੀ ਦੇਖਦੇ ਲੰਘ ਗਈ ਮਜਾ ਜਣ ਕਹਿ ਕੇ ਰਨ ਬੋਤਲ ਵਰਗੀ ਚੱਕਲੋ ਰੱਬ ਦਣਾ ਲੈ ਕੇ ਰਨ ਬੋਤਲ ਵਰਗੀ ਚੱਕਲੋ ਰੱਬ ਦਣਾ ਲੈ ਕੇ ਨੱਦੀ ਬੋਤਲ ਵਰਗੀ ਵੱਡੇ ਅਸ਼ ਕਿੰਨਾ ਗੁੱਸਾ ਜਾਣਦਾ ਨੀ ਮੇਰਾ ਵੱਡੇ ਅਸ਼ ਕਿੰਨਾ ਗੁੱਸਾ ਜਾਣਦਾ ਨੀ ਮੇਰਾ ਵੇ ਤੂੰ ਮਾਰਦਾ ਗਲੀ ਦੇ ਵਿੱਚ ਬੜਕਾ ਬਾਪੂ ਦਾ ਖੁੰਡਾ ਕੱਢ ਦੋ ਤੇਰੀਆਂ ਰੜਕਾਂ ਬਾਪੂ ਦਾ ਖੁੰਡਾ ਕੱਢ ਦੋ ਤੇਰੀਆਂ ਰੜਕਾਂ ਬਾਪੂ ਦਾ ਖੁੰਡਾ ਉਹ ਕਿੰਨੀ ਸੋਹਣੀ ਲੱਗੇ ਜਦੋਂ ਹੱਸੀ ਖੂਰੀ ਵੱਟ ਕੇ ਉਹ ਕਿੱਡੀ ਸੋਹਣੀ ਲੱਗੀ ਜਦੋਂ ਹੱਸੀ ਖੂਰੀ ਵੱਟ ਕੇ ਹਾਏ ਰੱਬਾ ਨਗਰੀ ਮਜਾਜ ਲੈ ਕੇ ਫੱਟ ਕੇ
ਉਹ ਖੁਦ ਗੇੜਾ ਮਾਰੇ ਨਿੱਤ ਪਾਣੀ ਦੇ ਬਹਾਨੇ, ਖੁਦ ਗੇੜਾ ਮਾਰੇ ਰੋਜ਼ ਪਾਣੀ ਦੇ ਬਹਾਨੇ, ਉੱਚ ਸੰਦਲੀ ਦੁਪੱਟਾ ਲੈ ਕੇ ਰੰਨ ਬੋਤਲ ਵਰਗੀ, ਚੱਕਲੋ ਰੱਬ ਦਾ ਨਾਂ ਲੈ ਕੇ ਰੰਨ ਬੋਤਲ ਵਰਗੀ। ਲਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਪਿਆ, ਸਾਰਿਆਂ ਦੀਆਂ ਸਵੈਰਚਾਂ ਵੀ ਪੂਰੀਆਂ ਹੋ ਗਈਆਂ। ਲਓ ਅਗਲਾ ਮੈਚ ਹੁਣ ਤੁਹਾਡੀ ਸੇਵਾ 'ਚ, ਇਸ ਤਰ੍ਹਾਂ ਖੁੱਲ੍ਹ ਕੇ ਦੇਖੋ ਪਲੀਜ਼, ਮੇਰੀ ਹੱਥ ਵੰਡ ਕੇ ਬੇਨਤੀ ਆ। ਨਾਲੇ ਜਿਹੜੇ ਬਾਕਸਾਂ ਦੇ ਮੂੰਹ ਹੁਣ ਇੱਧਰ ਨੂੰ ਕਰ ਦਿਓ, ਗਰਾਊਂਡ ਵੱਲ ਹੀ ਕਰ ਦਿਓ ਬਾਈ ਜੀ। ਸੋ ਸਾਡੀ ਹੱਥ ਵੰਡ ਕੇ ਬੇਨਤੀ ਆ, ਸਾਡੇ ਦਰਸ਼ਕ ਨੇ, ਮਹਿਮਾਨ ਨੇ, ਸੋਲ੍ਹਾਂ ਚਾਰ ਟੀਮਾਂ ਜਿਹੜੀਆਂ ਸੱਦੀਆਂ ਨੇ ਦਰਸ਼ਕ ਵੀਰੋ, ਪੂਰੀਆਂ ਸਿਰੇ ਦੀਆਂ ਟੀਮਾਂ ਸੱਦੀਆਂ ਹੋਈਆਂ ਨੇ। ਹੈਲੋ, ਬਾਕਸਾਂ ਦੇ ਮੂੰਹ ਸਾਰਿਆਂ ਦੇ ਇੱਧਰ ਹੀ ਕਰ ਦਿਓ। ਸਾਡੀ ਸਾਊਂਡ ਆਪਰੇਟਰ ਨੂੰ ਮੇਰੀ ਬੇਨਤੀ ਆ, ਬੜੀ ਪਿਆਰੀ ਸਾਊਂਡ ਆ ਵੀਰਾ, ਕੋਡਲੈਸ ਵੀ ਗਰਾਊਂਡ 'ਚ ਭੇਜ ਦਿਓ। ਜ਼ਰੂਰ ਦੇਖੋ ਜੀ ਜੀ। ਸੋ ਟੀਮਾਂ ਧਿਆਨ ਦੇਣ ਵੀ ਜਿਹੜੀਆਂ ਵੀ ਟੀਮਾਂ ਦਾ ਮੈਚ ਆ, ਹਰਿਆਣੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਗਈ, ਬਹੁਤੀ ਵਿਰੋਧੀ ਟੀਮ ਪੁੱਜ ਜਾਵੇ, ਐਨ ਮੇਲਾ ਸਿਖਰਾਂ ਤੇ ਉਪੜਿਆ ਹੋਇਆ ਮੇਰੇ ਵੀਰੋ ਅੱਜ ਦੇ ਇਸ ਕਬੱਡੀ ਕੱਪ ਦਾ। ਜਿਹੜੇ ਵੀਰ ਦੀ ਡਿਊਟੀ ਪਾਣੀ ਤੇ ਆ ਨਾ, ਉਹ ਪਾਣੀ ਦੀ ਬਾਲਟੀ ਜ਼ਰੂਰ ਮੈਦਾਨ ਦੇ ਵਿੱਚ ਪੂਰੀ ਕਰਦੇ। ਸੋ ਪਾਣੀ ਤੇ ਕਲੀ ਜ਼ਰੂਰ ਗਰਾਊਂਡ ਦੇ ਵਿੱਚ ਪੁੱਜਦੀ ਕੀਤੀ ਜਾਵੇ, ਮੇਰੀ ਬੇਨਤੀ ਹੈ। ਪਾਣੀ ਵਾਲੀ ਬਾਲਟੀ ਤੇ ਕਲੀ ਜ਼ਰੂਰ ਪਹੁੰਚਾ ਦਿਓ ਗਰਾਊਂਡ ਦੇ ਵਿੱਚ। ਮੇਲੂ ਸਾਡਾ ਵੀਰ ਮੇਲੂ ਖਾਨ ਆ। ਹੈਲੋ, ਜ਼ਰੂਰ ਧਿਆਨ ਦੇਵੇ। ਸੋ ਰੱਬ ਵਰਗੀ ਸੰਗਤ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦੇ ਹਾਂ। ਪਲੀਜ਼ ਮੇਰੀ ਹੱਥ ਬੰਨ ਕੇ ਬੇਨਤੀ ਆ, ਪੜ੍ਹੇ ਲਿਖੇ ਸੱਜਣ ਆਪਾਂ ਬਾਈ ਜੀ ਪਿੱਛੇ ਕੁਰਸੀਆਂ ਤੇ ਬੈਠੇ ਆ, ਪਿੱਛੇ ਬੈਠੋ, ਹੱਥ ਬੰਨ ਕੇ ਬੇਨਤੀ। ਸਟੇਜ ਤੇ ਕੁਰਸੀਆਂ ਤੁਹਾਡੇ ਲਈ ਲਾਈਆਂ ਨੇ, ਅਨੁਸ਼ਾਸਨ ਆਪਾਂ ਭੰਗ ਨਾ ਕਰੀਏ। ਪਲੇਅਰ ਤੇ ਅਫੀਸ਼ਲ ਕੋਈ ਸਪੋਰਟਰ ਇੱਕ ਕੋਚ ਜਿਹੜੇ ਨਾਲ ਰਹਿ ਸਕਦੇ ਆ, ਵਾਧੂ ਵੀਰ ਗਰਾਊਂਡ ਦੇ ਵਿੱਚ ਇੱਕ ਵੀ ਨਹੀਂ ਹੋਵੇਗਾ। ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਐਂਡ ਗੁੱਗਾ ਮਾੜੀ ਪ੍ਰਬੰਧਕ ਕਮੇਟੀ, ਜਿਹਨੇ ਥੋੜ੍ਹੀ ਜਿਹੀ ਇੱਕ